ਸ਼ਕਤੀਮਾਨ ਸ਼ਕਤੀਮਾਨ ਹਾਜ਼ਰ ਹੈ ਪ੍ਰਿਆ ਸੰਗੁਰ ਭਾਈ ਸਾਡਾ ਚੋ ਨਿਸ਼ਾਨ ਆਟੋ ਰਿਕਸ਼ਾ ਜੀ ਮਿਲ ਗਿਆ ਜੀ ਬੋਟਾ ਸਰ ਪਾ ਦਿਓ ਅੰਮ੍ਰਿਤਸਰ ਦਾ ਨਕਸ਼ਾ ਬਦਲ ਦੇਣਾ ਮਹਾਰਾਜ ਦੇਖੋ ਸਾਡੀ ਬੇਗਮਪੁਰਾ ਸਾਂਝਾ ਫਰੰਟ ਪਾਰਟੀ ਹੈ ਜੀ ਅਸੀਂ ਲੋਕਾਂ ਕੋਲ ਅਪੀਲ ਕਰਦੇ ਹਾਂ ਵੀ ਸਾਰੀਆਂ ਪਾਰਟੀਆਂ ਤੁਸੀਂ ਦੇਖਣੀ ਇੱਕ ਵਾਰੀ ਸਾਡੀ ਪਾਰਟੀ ਵੀ ਦੇਖੋ ਮੈਂ ਜਲੰਧਰ ਤੋਂ ਕੈਂਡੀਡੇਟ ਮੇਰੀ ਵਾਈਫ ਅੰਮ੍ਰਿਤਸਰ ਤੋਂ 13 ਦੇ 13 ਕੈਂਡੀਡੇਟ ਖੜੇ ਕੀਤੇ ਆਪਾਂ ਹੱਥ ਜੋੜ ਕੇ ਬੇਨਤੀ ਹੈ ਔਰ ਆਪਾਂ ਸੰਵਿਧਾਨ ਨੂੰ ਬਚਾਉਣ ਵਾਸਤੇ ਬੇਗਮ ਆਪਾਂ ਦੇਖੋ ਕੁਝ ਲੀਡਰ ਕਹਿੰਦੇ ਆ ਅਸੀਂ ਸੰਵਿਧਾਨ ਨੂੰ ਨਹੀਂ ਮੰਨਦੇ ਅਸੀਂ ਉਹਨਾਂ ਲੀਡਰਾਂ ਨੂੰ ਨਹੀਂ ਮੰਨਦੇ ਜਿਹੜੇ ਕਹਿੰਦੇ ਆ ਸੰਵਿਧਾਨ ਦੇ ਰਕਸ਼ਣ ਨੂੰ ਅਸੀਂ ਨਹੀਂ ਮੰਨਦੇ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਜਿਹੜੇ ਵੀ ਤੁਹਾਡੇ ਲੀਡਰ ਜਾਂ ਕੋਈ ਕਹਿ ਰਿਹਾ ਵਾ ਉਹਨੂੰ ਰੋਕੋ ਜਾਂ ਤੁਸੀਂ ਵੀ ਕਹਿ ਰਹੇ ਹੋ ਇਸ ਗੱਲ ਨੂੰ ਸਾਡੇ ਸੰਵਿਧਾਨ ਨੂੰ ਤੁਹਾਡੇ ਤੋਂ ਵੀ ਖਤਰਾ ਵਾ ਇਸ ਗੱਲ ਨੂੰ ਰੋਕੋ ਕਿ ਮੈਂ ਕਹਿੰਦਾ ਸਿਰਫ ਇੱਕ ਵਾਰ ਸਾਨੂੰ ਕੈਂਡੀਡੇਟ ਤੁਸੀਂ ਬਣਾ ਕੇ ਦੇਖੋ ਪਹਿਲੇ ਦਿਨ ਜਿੱਤਾਂਗੇ ਦੂਜੇ ਦਿਨ ਤੁਹਾਡੇ ਮੁੱਲ ਨਾ ਵੋਟਾਂ ਦੇ ਮੋੜ 'ਤੇ ਨੀਟੂ ਛੱਡਣ ਵਾਲਾ ਮੇਰਾ ਨਾਂ ਨਹੀਂ ਡਰੈਸ ਪਾਉਣ ਦਾ ਕੀ ਮਕਸਦ ਨਹੀਂ ਮੈਂ ਸੱਸ ਕੁੱਟਣੀ ਪਾਰਟ 2 ਫਿਲਮ ਦੇ ਵਿੱਚ ਹੀ ਮੈਂ ਇੱਦਾਂ ਦਾ ਹੀ ਹਾਂ ਜੀ ਉਹਦੇ ਵਿੱਚ ਮੈਂ ਰੋਲ ਆ ਮੇਰਾ ਉੱਥੇ ਮੰਤਰੀ ਦਾ ਰੋਲ ਆ ਮੇਰਾ ਮੈਂ ਉਹਦੇ 'ਚ ਇੱਦਾਂ ਪਾਈ ਹੈ ਪਹਿਲਾਂ ਕੰਮ ਕੀ ਕਰੋਗੇ ਜੇਤਾ ਮੈਂ ਦੇਖੋ ਜੀ ਮਹਿੰਗਾਈ ਬਹੁਤ ਹੈ ਨਸ਼ੇ ਦਾ ਮਾਮਲਾ ਸੜਕਾਂ ਟੁੱਟੀਆਂ ਪਈਆਂ ਬੁਰੇ ਹਾਲ ਬਾਂਕੇ ਦਿਹਾੜੀ ਡਰਾਈਵਰਾਂ 'ਤੇ ਜਿਹੜੇ ਕਾਨੂੰਨ ਲਾਗੂ ਕੀਤੇ ਗਏ ਧੱਕੇ ਨਾਲ ਉਹ ਬੰਦ ਕਰਾਵਾਂਗਾ ਕਿਸਾਨਾਂ 'ਤੇ ਧੱਕਾ ਹੋ ਰਿਹਾ ਜਵਾਨਾਂ ਨੂੰ ਧੱਕਾ ਹੋ ਰਿਹਾ 5 ਸਾਲ ਦੀ ਨੌਕਰੀ ਕਰ ਦਿੱਤੀ ਗਈ ਹੈ ਸਰਕਾਰੀ ਬੰਦੇ ਦੀ ਪੈਨਸ਼ਨ ਬੰਦ ਹੋ ਰਹੀ ਹੈ ਕੋਈ ਬੰਦਾ ਬੋਲਣ ਵਾਲਾ ਨਹੀਂ ਮਹਿੰਗਾਈ ਲੱਕ ਤੋੜੀ ਜਾਂਦਾ ਪਿਆ ਇਹਨਾਂ ਮੰਤਰੀਆਂ ਨੂੰ ਕੋਈ ਸਾਡਾ ਪਤਾ ਨਹੀਂ ਹੁਣ ਜਦੋਂ ਵੋਟਾਂ ਆਉਂਦੀਆਂ ਕੋਈ ਕਹਿੰਦਾ ਮੈਂ 15 ਲੱਖ ਪਾ ਦੂੰਗਾ ਕੋਈ ਕਹਿੰਦਾ 15,000 ਪਾ ਦੂੰਗਾ ਕੋਈ 1,00,000 ਰੁਪਇਆ ਕਹਿੰਦਾ ਵਾ ਇਹ ਸਭ ਝੂਠੇ ਵਾਅਦੇ ਜਨਤਾ ਨਾਲ ਕੀਤੇ ਜਾ ਰਹੇ ਆ ਮੈਂ ਤੁਹਾਡਾ ਭਰਾ ਤੁਹਾਨੂੰ ਸੱਚਾਈ ਦੱਸਣਾ ਹੈ ਤੁਹਾਡੇ ਅੱਗੇ ਹੱਥ ਜੋੜ ਕੇ ਅਪੀਲ ਕਰਦਾ ਇੱਕ ਇੱਕ ਵੋਟ ਮੇਰੀ ਝੋਲੀ 'ਚ ਪਾ ਕੇ ਮੇਰੀ ਵਾਈਫ ਨੂੰ ਅਤੇ ਮੈਨੂੰ ਕਾਮਯਾਬ ਕਰੋ ਸਾਨੂੰ ਮਤਲਬ ਅੰਮ੍ਰਿਤਸਰ ਦੇ ਵਿੱਚ ਪਿਆਰ ਵੀ ਬੜਾ ਮਿਲੂਗਾ ਅਤੇ ਸਾਨੂੰ ਵੱਧ ਤੋਂ ਵੱਧ ਵੋਟ ਪਏਗੀ ਅੰਮ੍ਰਿਤਸਰ ਵਾਸੀਆਂ ਨੇ ਇਹੀ ਅਪੀਲ ਕਰਨਾ ਚਾਹੁੰਦੇ ਹਾਂ ਕਿ ਸਾਨੂੰ ਵੱਧ ਤੋਂ ਵੱਧ ਪਿਆਰ ਦੇਵੋ ਸਾਨੂੰ ਵੱਧ ਤੋਂ ਵੱਧ ਵੋਟ ਪਾਓ ਸ਼ਕਤੀਮਾਨ ਸ਼ਕਤੀਮਾਨ ਹਾਜ਼ਰ ਹੈ ਪ੍ਰਿਆ ਸੰਗੁਰ ਭਾਈ ਸਾਡਾ ਚੋ ਨਿਸ਼ਾਨ ਆਟੋ ਰਿਕਸ਼ਾ ਜੀ ਮਿਲ ਗਿਆ ਜੀ ਬੋਟਾ ਸਰ ਪਾ ਦਿਓ ਅੰਮ੍ਰਿਤਸਰ ਦਾ ਨਕਸ਼ਾ ਬਦਲ ਦੇਣਾ ਮਹਾਰਾਜ ਦੇਖੋ ਸਾਡੀ ਬੇਗਮਪੁਰਾ ਸਾਂਝਾ ਫਰੰਟ ਪਾਰਟੀ ਹੈ ਜੀ ਅਸੀਂ ਲੋਕਾਂ ਕੋਲ ਅਪੀਲ ਕਰਦੇ ਹਾਂ ਵੀ ਸਾਰੀਆਂ ਪਾਰਟੀਆਂ ਤੁਸੀਂ ਦੇਖਣੀਆਂ ਇੱਕ ਵਾਰੀ ਸਾਡੀ ਪਾਰਟੀ ਵੀ ਦੇਖੋ ਮੈਂ ਜਲੰਧਰ ਤੋਂ ਕੈਂਡੀਡੇਟ ਮੇਰੀ ਵਾਈਫ ਅੰਮ੍ਰਿਤਸਰ ਤੋਂ 13 ਦੇ 13 ਕੈਂਡੀਡੇਟ ਖੜੇ ਕੀਤੇ ਆਪਾਂ ਹੱਥ ਜੋੜ ਕੇ ਬੇਨਤੀ ਹੈ ਔਰ ਆਪਾਂ ਸੰਵਿਧਾਨ ਨੂੰ ਬਚਾਉਣ ਵਾਸਤੇ ਬੇਗਮ ਆਪਾਂ ਦੇਖੋ ਕੁਝ ਲੀਡਰ ਕਹਿੰਦੇ ਆ ਅਸੀਂ ਸੰਵਿਧਾਨ ਨੂੰ ਨਹੀਂ ਮੰਨਦੇ ਅਸੀਂ ਉਹਨਾਂ ਲੀਡਰਾਂ ਨੂੰ ਨਹੀਂ ਮੰਨਦੇ ਜਿਹੜੇ ਕਹਿੰਦੇ ਆ ਸੰਵਿਧਾਨ ਦੇ ਰਕਸ਼ਣ ਨੂੰ ਅਸੀਂ ਨਹੀਂ ਮੰਨਦੇ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਜਿਹੜੇ ਵੀ ਤੁਹਾਡੇ ਲੀਡਰ ਜਾਂ ਕੋਈ ਕਹਿ ਰਿਹਾ ਵਾ ਉਹਨੂੰ ਰੋਕੋ ਜਾਂ ਤੁਸੀਂ ਵੀ ਕਹਿ ਰਹੇ ਹੋ ਇਸ ਗੱਲ ਨੂੰ ਸਾਡੇ ਸੰਵਿਧਾਨ ਨੂੰ ਤੁਹਾਡੇ ਤੋਂ ਵੀ ਖਤਰਾ ਵਾ ਇਸ ਗੱਲ ਨੂੰ ਰੋਕੋ ਕਿ ਮੈਂ ਕਹਿੰਦਾ ਸਿਰਫ ਇੱਕ ਵਾਰ ਸਾਨੂੰ 5 ਕੈਂਡੀਡੇਟ ਤੁਸੀਂ ਬਣਾ ਕੇ ਦੇਖੋ ਪਹਿਲੇ ਦਿਨ ਜਿੱਤਾਂਗੇ
ਦੂਜੇ ਦਿਨ ਤੁਹਾਡੇ ਮੁੱਲ ਨਾਲ ਵੋਟਾਂ ਦੇ ਮੋੜ 'ਤੇ ਨੀਟੂ ਛੱਡਣ ਵਾਲਾ ਮੇਰਾ ਨਾਂ ਨਹੀਂ। ਡਰੈਸ ਪਾਉਣ ਦਾ ਕੀ ਮਕਸਦ? ਨਹੀਂ ਮੈਂ ਸੱਸ ਕੁੱਟਣੀ ਪਾਰਟ 2 ਫਿਲਮ ਦੇ ਵਿੱਚ ਹੀ ਮੈਂ ਇੱਦਾਂ ਦਾ ਹੀ ਹਾਂ ਜੀ, ਉਹਦੇ ਵਿੱਚ ਮੈਂ ਰੋਲ ਆ ਮੇਰਾ, ਉਹਦੇ ਉੱਥੇ ਮੰਤਰੀ ਦਾ ਰੋਲ ਆ ਮੇਰਾ, ਮੈਂ ਉਹਦੇ ਇੱਦਾਂ ਪਾਈ ਹੈ। ਪਹਿਲਾਂ ਕੰਮ ਕੀ ਕਰੋਗੇ ਜੇਤਾ? ਮੈਂ ਦੇਖੋ ਜੀ, ਮਹਿੰਗਾਈ ਬਹੁਤ ਹੈ, ਨਸ਼ੇ ਦਾ ਮਾਮਲਾ, ਸੜਕਾਂ ਟੁੱਟੀਆਂ ਪਈਆਂ, ਬੁਰੇ ਹਾਲ, ਬਾਂਕੇ ਦਿਹਾੜੀ, ਡਰਾਈਵਰਾਂ 'ਤੇ ਜਿਹੜੇ ਕਾਨੂੰਨ ਲਾਗੂ ਕੀਤੇ ਗਏ ਧੱਕੇ ਨਾਲ, ਉਹ ਬੰਦ ਕਰਾਵਾਂਗਾ। ਕਿਸਾਨਾਂ 'ਤੇ ਧੱਕਾ ਹੋ ਰਿਹਾ, ਜਵਾਨਾਂ ਨੂੰ ਧੱਕਾ ਹੋ ਰਿਹਾ, 5 ਸਾਲ ਦੀ ਨੌਕਰੀ ਕਰ ਦਿੱਤੀ ਗਈ ਹੈ, ਸਰਕਾਰੀ ਬੰਦੇ ਦੀ ਪੈਨਸ਼ਨ ਬੰਦ ਹੋ ਰਹੀ ਹੈ, ਕੋਈ ਬੰਦਾ ਬੋਲਣ ਵਾਲਾ ਨਹੀਂ, ਮਹਿੰਗਾਈ ਲੱਕ ਤੋੜੀ ਜਾਂਦਾ ਪਿਆ, ਇਹਨਾਂ ਮੰਤਰੀਆਂ ਨੂੰ ਕੋਈ ਸਾਡਾ ਪਤਾ ਨਹੀਂ। ਹੁਣ ਜਦੋਂ ਵੋਟਾਂ ਆਉਂਦੀਆਂ, ਕੋਈ ਕਹਿੰਦਾ ਮੈਂ 15 ਲੱਖ ਪਾ ਦੂੰਗਾ, ਕੋਈ ਕਹਿੰਦਾ 15,000 ਪਾ ਦੂੰਗਾ, ਕੋਈ 1 ਲੱਖ ਰੁਪਇਆ ਕਹਿੰਦਾ ਵਾ, ਇਹ ਸਭ ਝੂਠੇ ਵਾਅਦੇ ਜਨਤਾ ਨਾਲ ਕੀਤੇ ਜਾ ਰਹੇ ਆ। ਮੈਂ ਤੁਹਾਡਾ ਭਰਾ, ਤੁਹਾਨੂੰ ਸੱਚਾਈ ਦੱਸਣ ਆਇਆ, ਤੁਹਾਡੇ ਅੱਗੇ ਹੱਥ ਜੋੜ ਕੇ ਅਪੀਲ ਕਰਦਾ, 1-1 ਵੋਟ ਮੇਰੀ ਝੋਲੀ 'ਚ ਪਾ ਕੇ ਮੇਰੀ ਵਾਈਫ ਨੂੰ ਅਤੇ ਮੈਨੂੰ ਕਾਮਯਾਬ ਕਰੋ। ਸਾਨੂੰ ਮਤਲਬ ਅੰਮ੍ਰਿਤਸਰ ਦੇ ਵਿੱਚ ਪਿਆਰ ਵੀ ਬੜਾ ਮਿਲੂਗਾ ਅਤੇ ਸਾਨੂੰ ਵੱਧ ਤੋਂ ਵੱਧ ਵੋਟ ਪਏਗੀ। ਅੰਮ੍ਰਿਤਸਰ ਵਾਸੀਆਂ ਨੇ ਇਹੀ ਅਪੀਲ ਕਰਨਾ ਚਾਹੁੰਦੇ ਹਾਂ ਕਿ ਸਾਨੂੰ ਵੱਧ ਤੋਂ ਵੱਧ ਪਿਆਰ ਦੇਵੋ, ਸਾਨੂੰ ਵੱਧ ਤੋਂ ਵੱਧ ਵੋਟ ਪਾਓ।